ਭੈਣ ਜੀ ਮੈਂ ਵੀ ਸਾਰੀ ਪੁੱਛ ਪੜਤਾਲ ਕੀਤੀ ਸੀ ਤੇ ਕਿੱਲੇ ਪੰਜ ਹੀ ਨਿਕਲੇ ਆ। ਚਲੋ ਮੇਰੇ ਕੋਲ ਵੀ ਗਲਤੀ ਹੋ ਗਈ ਕਿ ਮੈਨੂੰ ਪਹਿਲਾਂ ਹੀ ਪੁੱਛ ਪੜਤਾਲ ਕਰ ਲੈਣੀ ਚਾਹੀਦੀ ਸੀ। ਤੇ ਗੱਲ ਸੁਣੋ, ਜੀਤ ਨਹੀਂ ਕਰਦਾ ਸਾਡਾ ਵੀ ਹੁਣ ਇੱਥੇ ਰਿਸ਼ਤਾ ਕਰੀਏ, ਪਰ ਇਹ ਵੀ ਅਸੀਂ ਵੀ ਹੁਣ ਫਸੇ ਹਾਂ, ਹੁਣ ਸਾਰੇ ਪਾਸੇ ਸਾਈਆਂ ਪਸਾਈਆਂ ਦਿੱਤੀਆਂ, ਅਸੀਂ ਕਿਹੜੇ ਪਾਸੇ ਲੱਗੀਏ? ਉਹਨੂੰ ਪੁੱਛ ਲੈਣਾ ਸੀ, ਪੰਜ ਵੀ ਹੈਗੇ ਆ, ਮੁੜ ਕੇ ਪੰਜ ਵੀ ਨਾ ਨਿਕਲਣ। ਨਹੀਂ ਪੰਜਾਂ ਵੱਲੋਂ ਤਾਂ ਪੱਕੀ ਗੱਲ ਕਹਿਣ ਡਿਆ ਦੀ, ਪੰਜਾਂ ਤੋਂ ਨਹੀਂ ਘੱਟ ਹੈਗੇ। ਹੁਣ ਨਾ ਮੈਂ ਪਿੰਦਰ ਦੇ ਪਿਓ ਨੂੰ ਵੀ ਦੱਸਣੀ ਆ ਤੇ ਪਿੰਦਰ ਨੂੰ ਵੀ ਦੱਸਣੀ ਆ ਤੇ ਕਰੀਏ ਵਿਆਹ ਦੀਆਂ ਤਿਆਰੀਆਂ ਫਿਰ। ਚੱਲ ਆਹ ਤੇ ਗੱਲ ਵਧੀਆ ਹੋ ਗਈ ਆ, ਅਜੇ ਵਿਆਹ ਨਹੀਂ ਹੋਇਆ, ਗੱਲ ਨਹੀਂ ਬਾਤ ਨਹੀਂ, ਸਾਰੇ ਟੱਬਰ ਨੂੰ ਸੁੱਕਣੇ ਪਾਇਆ ਇਹਨਾਂ ਨੇ। ਕੋਈ ਗੱਲ ਨਹੀਂ, ਵੱਡੀ ਪੜ੍ਹੀ ਲਿਖੀ ਜਿਹੜੀ ਤੂੰ ਆ ਨਾ, ਇੱਕ ਵਾਰ ਇੱਥੇ ਆ ਫਿਰ ਤੈਨੂੰ ਦੱਸਣੀ ਆ ਮਜ਼ਾ। ਹਜੇ 4 ਦਿਨ ਤਾਂ ਹੋਏ ਨੇ ਵਿਆਹ ਨੂੰ, ਆਪੇ ਕਰ ਲਏਗੀ ਕੰਮ। ਆਪੇ ਕਰ ਲੂਗੀ, ਇਹਨੂੰ ਇਹੋ ਆਤਾਂ ਪਈਆਂ ਰਹਿਣੀਆਂ ਵਾ, ਥਾਲੇ ਨੂੰ ਟਾਈਮ ਦੇ ਨਾਲ। ਮੰਮੀ ਤੂੰ ਜਾਣਾ ਨਾ, ਚੱਲ ਜਾ, ਮੈਂ ਨਹੀਂ ਉਹ ਜਾਣਾ। ਭਾਬੀ ਤੂੰ ਵੀ ਵੇਖ ਲੈ ਡੱਬਿਆਂ 'ਚ ਜਾ ਕੇ, ਪਤਾ ਲੱਗ ਜਾਣਾ। ਧੀ ਮੇਰੀ ਤਾਂ ਬੜੀ ਸਿਆਣੀ ਆ, ਉਹ ਤਾਂ ਮੈਨੂੰ ਪਤਾ ਉਹਨੇ ਸਾਂਭ ਲੈਣਾ ਸਾਰਾ ਘਰ ਬਾਹਰ ਉੱਥੇ।